بسم اللہ الرحمن الرحیم اللہم کن لبنی جے کل حجت ابن الحسن عسکری علیہ الصلوۃ والسلام صلوات علیہ وعلیٰ آبائہ فی ہذہ الساعۃ وفی کل ساعۃ ولیم و حافظم و قائدم و ناصرم دلیلم و عینم حتی تسکنہ ارزکات و تمت اہو فیہا طویلا یا رب محمد و آل محمد و عجل فرجہم مسا مخرج صلوات دعا کرداں مالک کون و مکان پہلوان صاحب دی محنت کوشش خرچ خراجات قبول فرماوے تو تمام عزت دار مومنین مومنات سادات غیر سادات دا دربار عالی چکر آیا مالک قبول فرما اور کوئی مومن اس وقت تک موت نہ ویکھے جب تک وہ چوڑاں دا زوال نہ خزانہ غیب وچوں مالک ہر مومن دی مدد فرماوے علی ان ولی اللہ پڑھن والے نوں کسے دا محتاج نہ فرماوے قصیدہ پڑھداں بالکل سادہ جیا تے سونا جیا پڑھیے قصیدہ اگوں ٹائم تے حالت تے او سارا تسا ویکھی بیٹھے ہو میں قصیدہ پڑھتا ہوں اے مجلس ماتم ذکر علی 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 ساری زندگی دا اثر مایا ہے مجلس ماتم ذکر علی مجلس ماتم ذکر علی ساری زندگی دا اثر مایا ہے مجلس ماتم ذکر علی مجلس ماتم ذکر علی ساری زندگی دا اثر مایا ہے مت کوئی آکھے بے وارث ہیں مت کوئی آکھے بے وارث ہیں اسا غازی وارث بنایا ہے نعرے دے وچ اگا پچھوں گئے ہو مرشد بابا جی میں ایک دیوار ٹی وی ویدہ بیٹھم گھر اور ربی ٹی وی آن ہویا تے اگو ایک بندے نے ڈٹھا او دا نام ذاکر نیک باہو آئے بڑا حرام دائی ایدہ موضوع آئی جنگ کربلا میں آکے بھئی جتنا ہی کتنا ہی لگیوے ٹپیوے تے ٹی وی تے کھلووے تے دورو بھی کھیندہ ہے ہزاران دا مجموندہ ہے ہزاران پتہ نہیں یہ پڑھ دا کے انہوں سنیے جہلے میں سنتالی میں سن لیا اسے لے ادھا موضوع آئی جنگ کربلا اس حرام زادے فیصلہ سنایا کہ میں اشیعہ گل ودھائی ودن حالانکہ جنگ بادشاہ ہوندہ شغل ہوندہ ہے
ਜਿਵੇਂ ਉਹ ਬਾਦਸ਼ਾਹ ਆਈ ਉਹਨੇ ਉਹ ਬਾਦਸ਼ਾਹ ਆਈ, ਜਿਵੇਂ ਉਹ ਅਮੀਰ ਉਹਨੇ ਉਹ ਅਮੀਰ। ਇਹ ਮੈਂ ਮਿੰਬਰ 'ਤੇ ਹੱਥ ਰੱਖੀ ਖੜਾ, ਇਸ ਗੱਲ ਨੂੰ 1.5 ਸਾਲ ਹੋ ਗਿਆ ਹੈ, ਮੈਂ ਅੱਜ ਤਾਈਂ ਇਸ ਹਰਾਮਜ਼ਾਦੇ ਨੂੰ ਅੱਖੀ ਨਾਲ ਡਿੱਠਾ ਨਹੀਂ, ਬਲਕਿ ਮੈਂ ਸਹੁੰ ਚਾਹੀਏ ਇਸ ਕਮੀਨੇ ਨੂੰ ਵੇਖਣਾ ਹੀ ਨਹੀਂ। ਮੈਂ ਕਸੀਦਾ ਆਉਂਦਾ ਹੈ, ਮੈਂ ਇਸ ਨੂੰ ਮੁਖਾਤਿਬ ਹੋਇਆ, ਮੈਂ ਆਖਿਆ ਜ਼ਾਲਿਮਾ ਤੈਂ ਜੋ ਐਡਾ ਵੱਡਾ ਫੈਸਲਾ ਸੁਣਾਇਆ, ਜਿਵੇਂ ਉਹ ਬਾਦਸ਼ਾਹ ਉਹਨੇ ਉਹ ਬਾਦਸ਼ਾਹ, ਇਸ ਫੈਸਲੇ ਸੁਣਾਵਣ ਤੋਂ ਪਹਿਲੇ ਤਾਂ ਸੋਚ ਲਿਆ ਹੁਸੈਨ ਚ ਖੂਨ ਇਮਰਾਨ ਦਾ ਹੈ। ਹੱਥ ਉੱਚਾ ਕਰੋ ਹੈਦਰੀ, ਮਿਹਰਬਾਨੀ ਮੈਂ ਆਖਿਆ ਉਹ ਪਾਟਰੇ ਬਾਜ਼ਬਿਆਨ ਦਾ ਹੁਸੈਨ ਚ ਖੂਨ ਇਮਰਾਨ ਦਾ ਹੈ, ਯਜ਼ੀਦ ਪਿਸਰ ਮੈਂ ਸੁਣਦਾ ਹੁਸੈਨ ਬਤੂਲ ਦਾ ਜਾਇਆ ਹੈ ਮੰਜ਼ਿਲ ਤੇ। ਇਹ ਮੈਂ ਫਰਮਾਇਸ਼ ਨਹੀਂ ਪੜ੍ਹਦਾ, ਇਹ ਹੁਣ ਪਿਛਲੇ ਦੋਵੇਂ ਮੈਨੂੰ ਕੁੱਟੇ ਹਿੱਸੇ ਨਹੀਂ ਸਹੀ, ਜੇ ਮੈਂ ਲੰਬਾ ਪੜ੍ਹਿਆ ਤਾਂ ਗੌਰ ਵਾਲੀ ਗੱਲ ਇਸੇ, ਮਗਰ ਮੈਂ ਸ਼ੇਰ ਐਡਾ ਪੜ੍ਹਦਾ ਗਾਜ਼ੀ ਦੀ ਕਸਮ ਹੈ, ਮੁਲਤਾਨ ਵਾਲਿਆ ਤੇਰੇ ਜਿਗਰ ਠਰ ਜਾ ਮੈਨੂੰ। ਬੰਦੇ ਹੈਰਾਨ ਹਨ ਅਤੇ ਪਰੇਸ਼ਾਨ ਹਨ, ਬੰਦੇ ਆਦੇ ਨੇ ਸ਼ੀਆ ਅਜੀਬ ਹਨ, ਮਜਲਿਸ ਹੋਵੇ ਡੀਹਿੰਦੀ ਅਤੇ ਜ਼ਾਕਿਰ ਵੱਧ ਜਾਵੇ ਅਤੇ ਸਾਰੀ ਰਾਤ ਮਜਲਿਸ ਰਹੇ, ਘਰ ਦਾ ਖਿਆਲ ਹੀ ਨਹੀਂ ਕਰਦੇ, ਇਹਨਾਂ ਨੂੰ ਘਰ ਦਾ ਪੁੱਤ ਹੀ ਕੋਈ ਨਹੀਂ। ਭਾਵੇਂ 4 ਦੇ ਮਜਲਿਸ ਹੋਵੇ, ਕੋਈ ਖੌਫ ਖਤਰਾ ਇਹਨਾਂ ਨੂੰ ਘਰ ਦਾ ਨਹੀਂ ਆਉਂਦਾ। ਪਤਨੀ ਉਹ ਕਿਹੜੀ ਗੱਲ ਹੈ ਜਿਹਦੇ 'ਤੇ ਇਤਨਾ ਯਕੀਨ ਰੱਖਦੇ ਨੇ। ਮੈਂ ਆਖਿਆ ਕੋਲੇ ਮੂੰਹ ਵਾਲਿਆ, ਸਾਡੇ ਭਾਵੇਂ 8 ਦੇ ਮਜਲਿਸ ਹੋਵੇ, ਸਾਡੇ ਘਰਾਂ ਨੂੰ ਤਾਲੇ ਹੀ ਨਾ ਦਿੱਤੇ ਹੋਵੇ, ਅਤੇ ਅਰਬਾਂ ਖਰਬਾਂ ਦਾ ਘਰ ਹੋਵੇ, ਅਸਾਂ ਮਜਲਿਸ 'ਚ ਬਾਨੇ ਆਏ, ਸਾਨੂੰ ਘਰ ਦਾ ਫਿਕਰ ਨਹੀਂ ਹੁੰਦਾ। ਉਸ ਆਖਿਆ ਉਹ ਕਿਵੇਂ, ਤਾਂ ਮੈਂ ਜਵਾਬ ਦਿੱਤਾ ਹੈ, ਮੈਂ ਆਖਿਆ ਸਾਡੇ ਸਭ ਤੇ ਅੱਲਾ ਰਾਜ਼ੀ ਹੈ, ਸਾਡੇ ਘਰ ਦਾ ਜ਼ਾਮਨ ਗਾਲੇ ਜੀਓ। ਰੰਗ ਲਾਵੀ ਮੌਲਾ ਗਾਜ਼ੀ ਰੰਗ ਲਾਵੀ, ਮੈਂ ਅਮਲ ਦੱਸਿਆ ਅਮਲ। ਮੈਂ ਆਖਿਆ ਸਾਡੇ ਘਰਾਂ ਨੂੰ ਕੁਝ ਹੁੰਦਾ ਹੀ ਨਹੀਂ, ਉਸ ਆਖਿਆ ਕਿਵੇਂ, ਤੇ ਮੈਂ ਆਖਿਆ ਸਾਡੇ ਸਭ ਘਰ ਦੇ ਬਾਹਰ ਯਾ ਗਾਜ਼ੀ, ਹਕ ਅਲੀ ਦੇ ਨਾਲ ਹੈ। ਵਾਹ ਜੀ ਵਾਹ, ਇੱਥੋਂ ਹਾਂ ਅੱਛਾ ਅੱਛਾ, ਨਹੀਂ ਅਸਾਂ ਕਦੀ ਬੇਸੁਰੇ ਹੋਈ ਨਹੀਂ, ਗਾਜ਼ੀ ਦੀ ਬਰਕਤ ਨਾਲ ਫਿਰ ਪੜ੍ਹਦੀ ਹੋ ਸਾਡੇ ਸਭ ਤੇ ਅੱਲਾ ਰਾਜ਼ੀ ਹੈ, ਸਾਡੇ ਘਰ ਦਾ ਜ਼ਾਮਨ ਗਾਜ਼ੀ ਹੈ, ਸਾਡੇ ਸਭ ਤੇ ਅੱਲਾ ਰਾਜ਼ੀ ਹੈ, ਸਾਡੇ ਘਰ ਦਾ ਜ਼ਾਮਨ ਗਾਜ਼ੀ ਹੈ, ਅਸਾਂ ਘਰ ਦੇ ਬਾਹਰ ਆ ਗਾਜ਼ੀ, ਹਕ ਅਲੀ ਦੇ ਨਾਲ ਹੈ। ਹਦੀਸ ਹਜ਼ੂਰ ਪਾਕ ਦੀ, ਅਲ ਹੱਕ ਮਾ ਅਲੀ ਵਾ ਅਲੀਯੁਨ ਮਾ ਅਲੀ,
ਅੱਛਾ ਅਸਾਂ ਆਪਸ ਗੱਲਾਂ ਕਹਿੰਦੇ ਹਾਂ, ਅਲੀ ਅਬਾਸ ਢੇਰ ਸਾਰਾ ਲੰਮਾ ਪੜ ਗਿਆ, ਸਾਨੂੰ ਪਤਾ ਨਹੀਂ ਕਿਉਂ ਬਾਬੂ ਆ। ਹਾਂ ਉਸ ਹਦੀਸ ਦਾ ਤਰਜਮਾ ਕਰ ਰਹੀਆਂ, ਤਰਜਮਾ ਕਰੀਏ ਜਨਾਬ। ਹੱਕ ਅਲੀ ਦੇ ਨਾਲ ਹੈ ਤੇ ਅਲੀ ਹੱਕ ਨਾਲ ਹੈ, ਹੱਕ ਅਲੀ ਦੇ ਨਾਲ ਹੈ ਤੇ ਅਲੀ ਦੇ ਨਾਲ ਹੈ ਤੇ ਅਲੀ ਹੱਕ ਨਾਲ ਹੈ। ਖੰਜਰ ਨਮਾਜ਼ ਪੜ੍ਹੀ ਗਈ ਵਾਜੇ ਚਾਦਰ ਦਾ ਅੱਬਾਸ ਹਜ਼ਾ ਮੈਨੂੰ ਆ ਜ਼ੁਲਮ ਦੇ ਨਾ ਮੇਰਾ ਖਿਆਲ ਹੈ ਕਿ 15 ਦਿਨ ਗੁਜ਼ਰ ਗਏ ਨੇ, 15 ਦਿਨ ਉਹ ਫਤਿਹ ਜੰਗ ਦੇ ਅਗੂਏ ਸ਼ਹਿਰਾਏ ਅਸਦੁੱਲਾ ਭਾਈ ਗਯੂਰ ਅਤੇ ਮੈਂ ਇਕੱਠੇ ਆਸੇ, ਪਹਿਲੇ ਇਹਨਾਂ ਪੜ੍ਹਿਆ, ਉੱਤੇ ਬਾਬੇ ਰਿਆਜ਼ ਸ਼ਾਹ ਰਤੋਵਾਲ ਵਾਲੇ ਪੜ੍ਹਿਆ, ਉੱਤੇ ਮੈਂ ਇਸ ਵੇਲੇ ਪੜ੍ਹਿਆ ਲਾਲਾ, ਇਸ ਵੇਲੇ ਮੇਰੇ ਬਾਅਦ ਸ਼ੌਕਤ ਭਾਈ ਹਨ। ਮੈਂ ਆਖਿਆ ਡੀ ਢਲ ਗਿਆ ਆਖਿਰ ਡਾਹਵੀਂ ਦਾ ਤੱਲੇ ਖੰਜਰ ਨਮਾਜ਼ ਪੜ੍ਹੀ ਗਈ। ਭਾਈ ਉੱਠੇ ਭਾਈ ਸ਼ੌਕਤ ਰਜ਼ਾ, ਉਹਨਾਂ ਫਰਮਾਇਆ ਇੰਝ ਨਹੀਂ ਭਾਈਆ ਤੂੰ ਇਹਨਾਂ ਨੂੰ ਸੁਣਾ, ਡੀ ਢਲ ਗਿਆ ਆਖਿਰ ਡਾਹਵੀਂ ਦਾ ਓ ਤੱਲੇ ਖੰਜਰ ਨਮਾਜ਼ ਕੁਹੀ ਗਈ ਓ ਜੇ ਚਾਦਰ ਦਾ ਅੱਬਾਸ ਹਜ਼ਾ ਮੈਨੂੰ ਆ ਜ਼ੁਲਮ ਦੇ ਨਾਲ। ਬਿਸਮਿਲਾ ਤੈ ਹਰ ਲਾਸ਼ ਕੁਚਵਣ ਪਿਓ ਗਿਆ ਉਹਦੀ ਲਾਸ਼ ਕੁਚਾ ਸੈਂ ਰਾਜ਼ੀ ਹੋ ਵੀ ਉਹ ਜਦਾ ਵਾਲਾ ਹਾਂ ਸੁਕਨ ਜ਼ਖਮੀ ਵਾ ਤੂੰ ਸ਼ਾਮ ਗਰੀਬ ਭਲਾ ਹੋ ਵੀ ਜਦਾ ਵਾਲਾ ਹਾਂ ਸੁਕਨ ਜ਼ਖਮੀ ਲੁੱਟ ਲਓ ਖੇਮੇ ਧੀਆਂ ਕੁਰਬਾਨ ਕਰ ਦੇਵਾਂ। ਉਸ ਵੇਲੇ ਤੂੰ ਜਦਾਂ ਅਕਬਰ ਦੀਆਂ ਮਾਵਾਂ ਬੇਰਾਵਾਂ ਦੇ ਕਾਤਲਾਂ ਤੂੰ ਡਰ ਕੇ ਇੱਕ ਬਈ ਦੇ ਪਿੱਛੋਂ ਲੁਕਦੀਆਂ ਵਧੀ ਹਾਏ ਸਰਖੰਦਾਰੀ ਚੱਲੀ ਜਿਹੜੀਆਂ ਮਾਵਾਂ ਦੇ ਹੱਥੂ ਪੁੱਤਰ ਛੁੱਟੇ ਨੇ ਉਹਨਾਂ ਲਾਹੌਰ ਤਾਈਂ ਗੋਲੇ ਨੇ ਲੱਭੇ ਨਹੀਂ ਬੜਾ ਹੋ ਵੀ
ਜਿਹੜੇ ਲੱਭਣ ਟਿਬੇ ਦੀ ਗੇਟ ਨਾਲ ਬਹਿਣ। ਅਮਾ ਇਹਨਾਂ ਨੂੰ ਇਕੱਠਾ ਕਰ, ਪਹਿਰਾ ਦੇਣੀ ਆ। ਤੂੰ ਤਾਂ ਉੱਚਾ ਬੋਲੀ ਖਦੀ ਨਹੀਂ ਬੀਬੀਆ ਦੀ, ਇਹ ਬੋਲਾਂ ਤਾਂ ਵੱਤ ਗਾਜ਼ੀ ਤੇ ਮੇਰਾ ਲਹਿਜਾ ਰਲਦਾ। ਸੜੀਓ ਚੌਂਪ ਚਾਈਏ ਪਹਿਲਾ ਚੱਕਰ ਵੱਲੀਏ, ਅਲੀ ਦੀ ਇੱਜ਼ਤਦਾਰ ਹਕਲ ਮਾਰੀਏ, ਅਲਹਾਫਿਜ਼ ਵਲ ਹਫੀਜ਼। ਕਰਬਲਾ ਉਹਦੀ ਨਗਰੀ ਹੱਲੀਏ, ਦੁਆ ਚੱਕਰ ਵੱਲੀਏ, ਨਜਫ ਦਾ ਮੂੰਹ ਕੀ ਦਲ ਹਕਲ ਮਾਰੀਏ, ਸਬਾਬਾ ਨਜਫ ਛੋੜ ਮਦੀਨੇ ਆ, ਸਾਰਾ ਡੀ ਪੁੱਤਰਾਂ ਦੀ ਜੰਗ ਡਿੱਠੀ ਦੀ ਦਾ ਪਾਰਾਵੇ। ਨਜਫ ਹਲ ਗਈ ਏ, ਕਬਰ ਫਟ ਗਈ ਏ, ਅਲੀ ਕਬਰ ਚੁਬਹਿਰ ਆਦਮ ਤੈਨੂੰ ਹੱਥ ਬਨ ਗਿਆ ਦਿਲ, ਸਾਰਾ ਡੀ ਜ਼ੁਲਮ ਹੁੰਦਾ ਰਹੀ ਹੈ ਯਾ ਅਲੀ, ਕੋਈ ਵੱਡਾ ਜ਼ੁਲਮ ਏ, ਫਰਮੈਂਦੇ ਨੋ ਪੁੱਤਰਾਂ ਨੇ ਧੀਏ। ਵਾਹ 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 ਵਾਹ, ਭਲਾ ਹੋਵੀ ਭਲਾ ਹੋਵੀ, ਸੈਣ ਰਾਜ਼ੀ ਹੋਵੀ। ਇੱਕ ਵਹਿਣ ਕਰਦਾ ਵਹਿਣ, ਬੜੀ ਮਨਜ਼ੂਰੀ ਵਾਲੀ ਮਜਲਿਸ ਹੈ। ਚੰਨ ਜਿਹੜਾ ਹੋਵੇ, ਜਿਹੜਾ ਚੰਨ ਹੋਵੇ, ਇਹ ਸ਼ਵਾਲ ਏ ਜ਼ੀਕਾ ਜ਼ਿਲਹਜ, ਇਸਲਾਮੀ ਮਹੀਨਾ ਦਾ ਜਿਹੜਾ ਚੰਨ ਹੋਵੇ, ਹਰ ਚੰਨ ਦੀ ਯਾਰਾਂ ਦੀ ਰਾਤ ਚਾਨਣੀ ਆਉਂਦੀ ਹੈ। ਬੋਲੋ, ਹੁੰਦੀ ਹੈ ਯਾਰਾਂ ਦੀ ਰਾਤ ਚਾਨਣੀ, ਦੂਰ ਦੂਰ ਤੱਕ ਹਰ ਸ਼ੈ ਨਜ਼ਰ ਆਉਂਦੀ ਹੈ। ਫਿਜ਼ਾ ਡਿੱਠਾ ਹੈ ਤਾਂ ਇੱਕ ਘੋੜੇ ਸਵਾਰ ਘੋੜਾ ਭਜਾਈ ਜਾਂਦਾ, ਫਿਜ਼ਾ ਰੁਕੇਂਦੀ ਰਹੀ, ਨਹੀਂ ਰੁਕਿਆ। ਬਸ ਮੈਂ ਮਜ਼ਮੂਨ ਹੀ ਛੋੜ ਦਿੱਤਾ ਹੈ। ਇੱਕ ਵਹਿਣ ਕਰਦਾ, ਅਲੀ ਦੀ ਧੀ ਸਾਹਮਣੇ ਆਈ, ਤੂੰ ਨਹੀਂ ਜਾਣਦਾ ਮੈਂ ਅਲੀ ਦੀ ਧੀ ਹਾਂ। ਸਵਾਰ ਨਹੀਂ ਰੁਕਿਆ, ਬੀਬੀ ਅੱਗਾਂ ਵਧੀ ਹੈ, ਆਦੀ ਹੈ ਰੁਕਵਾਂ, ਤੈਨੂੰ ਨਹੀਂ ਪਤਾ ਮੈਂ ਗਾਜ਼ੀ ਦੀ ਭੈਣ, ਗਾਜ਼ੀ ਦਾ ਨਾਮ ਹੈ। ਸਵਾਰ ਦਾ ਮੱਥਾ ਖੋਜ ਦੇ ਵੰਜ ਲਗਾ, ਫਰਮੈਂਦੇ ਨੇ ਇੱਕ ਵਾਰੀ ਵੱਤ ਦੱਸਾ, ਤੂੰ ਕਹਿੰਦੀ ਭੈਣ ਧੀ ਜਿਹੜੀ ਉਜੜ ਜਾਵੇ, ਪੇਕਿਆਂ ਦੇ ਲਹਿਜੇ ਤੂੰ ਨਹੀਂ ਭੁੱਲਦੀ। ਜਦੋਂ ਪਤਾ ਲੱਗਾ ਸੁਣ ਜੋ ਬਾਬਾ ਆ ਗਿਆ, ਵਾਪਸ ਦੌੜੀ ਅਲੀ ਲੱਥਣ ਘੋੜੇ ਤੂੰ। ਇੱਥਾਂ ਹੀ ਵਹਿਣ ਕਰਦਾ, ਇਹ ਮੁਕਾਣ ਵਾਲੀ ਰਸਮ ਇਸੇ ਰਾਤ ਤੂੰ ਚੱਲੀ ਹੈ। ਇਸੇ ਰਾਤ ਪਹਿਲੀ ਮੁਕਾਣ ਅਲੀ ਨੂੰ ਨੋਹਾਂ ਅਤੇ ਧੀਆਂ ਦਿੱਤੀ ਹੈ। ਵੱਧ ਹੋਰ ਦੀ ਬੀਵੀ ਵੀ ਆਈ ਹੈ ਧੀਰ ਲਾ ਕੇ, ਮੁਕਾਣ ਬਣਾ ਕੇ ਸੁਣਾਵਾਂ ਜਿਹੜੀ ਮੁਕਾਣ ਨੋਹਾਂ ਦਿੱਤੀ ਹੈ। ਅਲੀ ਬਾਦਸ਼ਾਹ ਮਿੱਟੀ ਤੇ ਰੋਂਦੇ ਬੈਠੇ ਹਨ, ਯਾ ਕੰਡ ਵਾਲੇ ਪਾਸੋਂ ਆਵਾਜ਼ ਆਈ, ਅਕਬਰ ਦਾ ਡਾਡਾ ਮੇਰੇ ਅਕਬਰ ਨੂੰ ਬਰਛੀ ਖਾ ਗਈ। ਅਲੀ ਉੱਠੇ ਪਿਆਰੀ ਨੋਹ ਦਾ ਸਰ ਪੇ ਚੁੰਮਦੇ ਆਇਲ, ਯਾ ਵਤ ਹੱਕਾ ਲਾਈਏ ਮੌਲਾ ਮੇਰਾ ਜੀਂਦਾਈ ਤੇ ਘੋੜੇ ਭੱਜ ਗਏ। ਪਿਆਰੀ ਨੋਹ ਨੂੰ ਤਸੱਲੀ ਪੇ ਦਿੰਦੇ ਆਇਨ, ਯਾ ਅਚਾਨਕ ਹੱਕਾ ਲਾਈਏ ਤੇਰੀ ਕਸਮ ਏ, ਸਾਰੀਆਂ ਦੇ ਪੁੱਤਰ ਲੜਦੇ ਰਹਿਣ ਮੇਰਾ ਬੋਲੀ ਨਾਈ। ਅਲੀ ਰੋਂਦੇ ਪਏ, ਜ਼ਮੀਨ ਹੱਲੀ ਏ, ਅੱਲਾ ਦਾ ਅਰਸ਼ ਹੱਲ ਗਈ ਏ। ਉਸ ਵੇਲੇ ਜਦਾਂ ਮੌਲਾ ਮੁੜ ਕੇ ਡਿੱਟਾ, ਉਹ ਧੀ ਪਈਆਂ ਦੀ ਆਈ, ਜਾਂਦਾ ਕੱਦ ਰੱਜ ਕੇ ਫਿਰਾਵਾਂ ਹੀ ਨਹੀਂ ਡਿੱਠਾ। ਅਲੀ ਫਰਮੈਂਦੇ ਨੇ, ਜ਼ੈਨਬ ਤੇਰੇ ਫਿਰਾਵਾਂ ਦੇ ਅਰਮਾਨ ਹਨ, ਤੇਰੇ ਪੁੱਤਰਾਂ ਦੇ ਅਰਮਾਨ ਹਨ। ਬੀਬੀ ਆਦੀ ਹੈ, ਬਾਬਾ ਮੇਰੀ ਨਸਲ ਮੁੱਕ ਗਈ ਹੈ, ਮੇਰੇ ਖੇਮੇ ਜਲ ਗਏ ਨ, ਬਾਬਾ ਸਾਰਾ ਜ਼ੁਲਮ ਇੱਕ ਪਾਸੇ, ਮਗਰ ਤੇਰੇ ਪੁੱਤਰਾਂ ਦੀ ਸ਼ਹਾਦਤ ਦੀ ਕਸਮ ਹੈ, ਅੱਬਾਸ ਦਾ ਕਾਤਲ ਸਾਡਾ ਖੇਮਿਆਂ ਵਿੱਚ ਬਹੁ ਦੇਰ ਖੜੋਤਾ, ਆਦਾਈ ਤੇਰਾ ਕਨਗੀ ਐਸਾ।